ਉੱਥੋਂ ਸਾਨੂੰ ਆਪਣੇ ਮਨਪ੍ਰੀਤ ਜਿਹੜਾ ਮੰਨਾ ਉਹਦੇ ਘਰੋਂ ਸਾਨੂੰ ਰਿਕਵਰ ਹੋਈ ਹੈਗੀ ਹੈ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਸੀਗੀ ਔਰ ਜਦੋਂ ਅਸੀਂ ਪਾਰਟੀਜ਼ ਗਈਆਂ ਉੱਥੇ ਤਾਂ ਉੱਥੋਂ ਰਿਕਵਰ ਹੋਈ ਜਿਹੜਾ ਰੂਟ ਤੁਸੀਂ ਕਹਿ ਰਹੇ ਹੈਗੇ ਆ ਉਹ ਅਸੀਂ ਰੂਟ ਦੀ ਮੈਪਿੰਗ ਜਿਹੜੀ ਹੈਗੀ ਉਹ ਵੱਖਰੀ ਅਸੀਂ ਕਰ ਰਹੇ ਹੈਗੇ ਸਰ ਉਹ ਨੰਗਲ ਅੰਬੀਆ ਵਾਲਾ ਗਾਉਂ ਕਾ ਅਗਰ ਆਪ ਡਿਟੇਲ ਬਤਾ ਸਕੇ ਥੋੜੀ ਸੀ ਕਿ ਵਹਾਂ ਪਰ ਯੇ ਕਿਆ ਕੁਛ ਹੁਆ ਥਾ ਵੋ देखिए वहां पर ऐसे हुआ था कि जब इनको पुलिस पार्टी चेज कर रही थी तो ये वहां से एस्केप करके गुरुद्वारा साहब गए हैं वहां पर वहां जाके इन्होंने जो ग्रंथी साहब थे उनको ओवरपावर करके उस फोर्सिबली उसको प्रेशराइज करके उसको उनसे उन्होंने कपड़े लिए कपड़े लेके वहां इन्होंने तकरीबन 40-45 मिनट वहां निकाले थे और उसके बाद वहां से इन्होंने बाइक्स मंगाए बाइक मंगा के और उस बाइक्स पे फिर ये फरार हुए हैं हाँ जी 40-45 मिनट हो सर रोटी खाधी दस रहे सारे नहीं ये ना एक ड्राई ड्रेन है मतलब जितने नहर है सुखा पानी पानी नहीं है उत्थे मोटरसाइकिल बरामद होया है मोटरसाइकिल देखो अपने फर्स्ट ओनर जो मोटरसाइकिल हैगा एक्चुअली ये जरा सानू जो पता लगा हूँ तफ्तीश भी बाकी रिमांड लैन पार्टी गई हैगी है कि एक गौरव गोरा नाँ का बंदा हैगा जिसको इन्होंने मोटरसाइकिल मंगाया वो फादर के नाते मोटरसाइकिल हैगा जी कल जी चार बंदे एफ आई आर हुई है जी एक गुरबेज भेजा हैगा एक मनप्रीत मन्ना हैगा एक हैगा अपने गुरदीप दीपा ते हरप्रीत हैप्पी नहीं तो पहला दिए जी पहले हैंडीकैप है जी पहले हैंडीकैप है सर ਤੁਸੀਂ ਵੈਸੇ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਜਿਹੜੇ ਜਿਨ੍ਹਾਂ ਦੇ ਘਰੋਂ ਇਹਨਾਂ ਰੋਟੀ ਖਾਧੀ ਹੈ ਜਾਂ ਕੱਪੜੇ ਚੇਂਜ ਕੀਤੇ ਆ ਤਿੰਨ ਦਿਨ ਉਹਨਾਂ ਨੇ ਕੁਝ ਨਹੀਂ ਦੱਸਿਆ ਜਦੋਂ ਇਹ ਤਾਰ ਜੁੜੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਨਿਕਲ ਗਈਆਂ ਦੇਖੋ ਸਾਡੇ ਕੋਲ ਜਿੱਦਾਂ ਜਿੱਦਾਂ ਇਨਫੋਰਮੇਸ਼ਨ ਆਉਂਦੀ ਹੈਗੀ ਆ ਅਸੀਂ ਵੀ ਉਸੇ ਵੇਲੇ ਅਸੀਂ ਰੈਕਟ ਕਰਨਾ ਹੈਗਾ ਨਾ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਹੈਗੀ ਆ ਜਦੋਂ ਭਾਲ ਸ਼ੁਰੂ ਕੀਤੀ ਹੈ ਮਤਲਬ ਲੋਕਾਂ 'ਚ ਕੰਫੀਡੈਂਸ ਵਧਿਆ ਕਿ ਮਤਲਬ ਇੰਨੀ ਫੋਰਸ ਹੈਗੀ ਹੈ ਸਾਡੇ ਨਾਲ ਹੈਗੀ ਆ ਤੇ ਉਹਨਾਂ ਨੂੰ ਮਤਲਬ ਓਵਰਪਾਵਰ ਕੀਤਾ ਹੋਇਆ ਸੀਗਾ ਉਹ ਨਹੀਂ ਦੱਸ ਰਹੇ ਸੀਗੇ ਜਦੋਂ ਉਹਨਾਂ ਨੇ ਦੇਖਿਆ ਕਿ ਸਾਰੇ ਪਾਸੇ ਹੁਣ ਪੁਲਿਸ ਹੈਗੀ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਸਾਨੂੰ ਦੱਸਤਾ ਅਸੀਂ ਕਾਰਵਾਈ ਕਰਦੇ ਹਾਂ ਇਹਨਾਂ ਨੇ ਆਪ ਦੱਸਿਆ ਸਾਨੂੰ ਸਰ ਲਾਰਾਪੁਰ ਤੋਂ ਜਿੱਥੋਂ ਬਾਈਕ ਮਿਲਿਆ ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਆਇਆ ਕਿ ਕੁਝ ਇਹ ਦੋਨੇ ਬਾਈਕ ਉਧਰ ਗਏ ਆ ਕੋਈ ਨਹੀਂ ਇਹ ਅਜੇ ਕਰ ਰਹੇ ਹਾਂ ਅਸੀਂ ਜੀ ਆਪਣੇ ਸਾਰੇ ਅਜੇ ਫੁਟੇਜ ਜਿਹੜੀ ਲੈ ਰਹੇ ਹਾਂ ਅਸੀਂ ਸਾਡੀ ਪਾਰਟੀ ਲੱਗੀ ਹੋਈ ਹੈ ਸਰ ਹੁਣ ਤੱਕ ਇਨਵੈਸਟੀਗੇਸ਼ਨ 'ਚ ਇਹ ਲਿੰਕ ਰੋਡ ਤੋਂ ਹੀ ਨਿਕਲੇ ਨੇ ਜਿੱਥੋਂ ਤੱਕ ਇਹ ਪਹੁੰਚੇ ਨੇ ਲਾਰਾਪੁਰ ਤੱਕ ਦੇਖੋ ਹੁਣ ਤੱਕ ਜਿਹੜੀਆਂ ਉਹ ਲਿੰਕ ਰੋਡ ਜਿਹੜੇ ਪਿੰਡਾਂ ਦੇ ਵਿੱਚੋਂ ਜਿਹੜੀ ਲੋਡ ਜਾਂਦੀ ਹੈਗੀ ਆ ਉਹਦੇ ਵਿੱਚੋਂ ਹੀ ਗੱਲ ਆਈ ਹੈ ਇਹ ਤਾਂ ਜਿਹੜੀ ਦੂਜੀ ਬਾਈਕ ਸੀਗੀ ਇਹ ਵੀ ਨਾਲ ਸੀਗੀ ਕਿ ਜਾਂ ਇਹਨਾਂ ਨੇ ਰੂਟ ਵੱਖ ਵੱਖਰੇ ਕਰ ਲਏ ਕੁਝ ਦੇਰ ਤੱਕ ਤੇ ਨਾਲ ਗਏ ਨੇ ਬਾਅਦ 'ਚ ਸੈਪਰੇਟ ਹੋਈ ਨੇ ਜੀ ਫਿਰ ਆਪਣੇ ਬਾਕੀ ਜਿਹੜੀ ਫੁਟੇਜ ਜਦੋਂ ਕੰਪਲੀਟ ਹੋ ਜਾਊਗੀ ਸਾਡੀ ਜਿਹੜੀ ਹੈਗੀ ਆ ਇਹਦੇ ਬਾਰੇ ਦੇਖੀ ਉਹ ਫਿਰ ਦੱਸ ਦਿੰਦੇ ਇਨਵੈਸਟੀਗੇਸ਼ਨ ਕੀ ਲੱਗਦਾ ਅਮਰਪਾਲ ਇਸ ਏਰੀਆ 'ਚ ਜਾਂ ਨਹੀਂ ਦੇਖੋ ਇਹਦੇ ਬਾਰੇ ਹਜੇ ਮੈਂ ਕੁਝ ਨਹੀਂ ਕਹਿ ਸਕਦਾ ਸਰ ਇੱਕ ਵਾਰ ਆਫੀਸ਼ੀਅਲੀ ਬਸ ਇਹ ਚੀਜ਼ ਇੱਕ ਵਾਰ ਕਲੀਅਰ ਕਰ ਦਿੰਦੇ ਕਿ ਅਬ ਤੱਕ ਕਿਤਨੇ ਗ੍ਰਿਫਤਾਰੀ ਇਸ ਮੇਂ ਹੋ ਗਏ ਔਰ ਇਹ ਜੋ ਚਾਰ ਜੋ ਹੈ ਇਨਕੀ ਭੂਮਿਕਾ ਕੋ ਵੀ ਸਾਥ ਮੇਂ ਥੋੜਾ ਸਾ ਅਗਰ ਬਤਾ ਪਾਏ देखो इनकी भूमिका मैंने बताई ना आपको देखो इनका जो रोल था चारों का इसमें जो लॉजिस्टिक्स जो प्रोवाइड की इन्होंने लाइक मोटरसाइकिल प्रोवाइड की है फिर कार प्रोवाइड की है उसमें इनका रोल था और जो जो रोल था इनका उस हिसाब से हमने कार्रवाई की है इन पे जी हमने टोटल का थोड़ा बता पाए अब तक कितने डिटेन या कितना जो भी आप शेयर कर पाए टोटली चार बंदे पकड़े हैं अभी तक हमने जी इससे पहले की नहीं इससे पहले तो नहीं इससे पहले अभी ये चार ही पकड़े अभी तक और नाम सामने आने की उम्मीद अभी देखो जिसके बाइक्स हैं जिन्होंने बाइक प्रोवाइड की है ठीक है वो कौन है वो आप सामने लेके आएंगे सारी बात जी सर हैंडीकैप मनप्रीत मन्ना है जी हाँ जी रोल जो हूं तक जी गल आई है बाकी रिमांड लैन गए ने होर गल आई कि इन्होंने मतलब इन अप्रोच करके जो बाइक्स वगैरह है वो प्रोवाइड कराई है हाँ जी इन्होंने अप्रोच किया उन्होंने गौरव गोरा जी नहीं मोटरसाइकिल प्रोवाइडर है ना जी मोटरसाइकिल मनप्रीत मन्ना मेन हैगा जिहड़ा मास्टरमाइंड हैगा जिन्हू अप्रोच किया उन्हें अगे इन्हां नू कहा कि तुसीं मोटरसाइकिल छड्ड के आओ उत्थे दीपा बल हां जी दीपा बल हां दीपा बल एक सर ग्रंथ सिंह दा फोन भी शायद लेके गए सीगे इह ਇਹ ਉੱਥੇ ਵਾਪਸ ਕਰ ਦਿੰਦੇ ਨੇ ਉਹਦੇ ਤੋਂ ਕਾਲ ਵਗੈਰਾ ਹੁੰਦੀ ਹੋਵੇ ਨਹੀਂ ਕਾਲ ਸ਼ਾਇਦ ਕੀਤੀ ਹੋਵੇ ਬਟ ਫੋਨ ਸਾਨੂੰ ਮਿਲ ਗਿਆ ਸੀ ਫੋਨ ਉੱਥੇ ਸੀ ਉਹਦੇ ਕੋਲ ਹੀ ਸੀਗਾ ਜੀ ਫੋਨ ਠੀਕ ਹੈ ਜੀ ਥੈਂਕ ਯੂ ਲਾਸਟ ਲੁੱਕ ਆਊਟ ਨੋਟਿਸ ਵਾਲੀ ਚੀਜ਼ ਅਭੀ ਤੱਕ ਪ੍ਰਯਾਸ ਜੋ ਹੈ ਜੋ ਆਪ ਆਫੀਸ਼ੀਅਲੀ ਸ਼ੇਅਰ ਕਰ ਸਕੇਗੇ ਕਿ ਆਪ ਕੁਝ ਪ੍ਰਯਾਸ ਪਕੜਨੇ ਕੇ ਲਈ ਗ੍ਰਿਫਤਾਰੀ ਕੇ ਲਈ ਦੇਖੋ ਉਸਕੇ ਲਈ ਸਭ ਚੱਲ ਰਹਾ ਹੈ ਜੀ ਉਸਕੇ ਬਾਰੇ ਮੈਂ ਆਪਕੋ ਡਿਸਕਲੋਜ਼ ਨਹੀਂ ਕਰੂੰਗਾ ਮੈਂ ਉਹ ਸਭ ਚੱਲ ਰਹਾ ਹੈ नमस्कार मैं हूं मानक गुप्ता अगर आपको हमारा ये वीडियो पसंद आया हो तो इसे लाइक और शेयर जरूर करें और हाँ हमें सब्सक्राइब और फॉलो करना ना भूलें ताकि आप देश और दुनिया की कोई खबर मिस ना करें तो जुड़े रहिए हमारे साथ और देखते रहिए न्यूज़ 24